ਚੋਣਾਂ ਉਪਰਾਲਾ ਕੀਤਾ ਗਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਡੇ ਮੈਂਬਰ ਸਰਦਾਰ ਪਰਮਜੀਤ ਸਿੰਘ ਜੀ ਚੰਡੋਕ ਸਾਹਿਬ ਵੱਲੋਂ ਉਹਨਾਂ ਦੇ ਸਾਰੇ ਸਾਥੀਆਂ ਨੂੰ ਲੈ ਕੇ ਜੋ ਗੁਰਦੁਆਰਾ ਇਸ ਸਥਾਨ ਦੇ ਅੰਦਰ ਇੱਕ ਬਹੁਤ ਸੁੰਦਰ ਲੰਗਰ ਹਾਲ ਜੋ ਕਿ ਬੜੇ ਪੁਰਾਣੇ ਸਮੇਂ ਤੋਂ ਮੰਗ ਸੀਗੀ ਔਰ ਸਰਦਾਰ ਪਰਮਜੀਤ ਸਿੰਘ ਚੰਡੋਕ ਸਾਹਿਬ ਨੇ ਇਹਦਾ ਵਾਅਦਾ ਵੀ ਕੀਤਾ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮਾਧਿਅਮ ਤੋਂ ਅੱਜ ਉਹ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਮ ਦੇ ਉੱਤੇ ਇਹ ਸੁੰਦਰ ਉਪਰਾਲਾ ਕਰਕੇ ਜੋ ਤੁਸੀਂ ਦੇਖ ਰਹੇ ਜੇ ਇਹ 400 ਲੋਕਾਂ ਤੋਂ ਵੱਧ ਸਥਾਨ ਵਾਸਤੇ ਲੰਗਰ ਹਾਲ ਦਾ ਇੰਤਜ਼ਾਮ ਕੀਤਾ ਗਿਆ। ਇਹ ਬਹੁਤ ਸੋਹਣੀ ਉਸਾਰੀ ਦੀ ਜਦੋਂ ਅੱਜ ਇਹਦੀ ਆਰੰਭਤਾ ਕੀਤੀ ਗਈ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਕੀਰਤਨ ਦਰਬਾਰ ਵਿਸ਼ੇਸ਼ ਕੀਰਤਨ ਦਰਬਾਰ ਸਜਾ ਕੇ ਅੱਜ ਇਸ ਦੀ ਸ਼ੁਰੂਆਤ ਕੀਤੀ ਗਈ ਆ। ਸੋ ਮੈਂ ਜਿੱਥੇ ਵਧਾਈ ਦਿੰਦਾ ਸਾਰੇ ਇਲਾਕੇ ਦੀ ਸੰਗਤ ਨੂੰ, ਆਉਣ ਵਾਲੇ ਸਮੇਂ 'ਚ ਇਹ ਬਹੁਤ ਹੀ ਲਾਭਦਾਇਕ ਵੀ ਹੋਊਗਾ ਔਰ ਨਾਲ ਹੀ ਮੈਂ ਸਭ ਨੂੰ ਇਹ ਅਪੀਲ ਵੀ ਕਰਦਾ ਹੈ ਕਿ ਆਉਣ ਵਾਲੇ 400 ਸਾਲਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਆਪਾਂ ਦਿਨ ਮਨਾਉਣ ਜਾ ਰਹੇ ਹਾਂ ਇਸ ਦਾ ਵੱਧ ਤੋਂ ਵੱਧ ਆਪਣੇ ਇਲਾਕਿਆਂ 'ਚ ਪ੍ਰਚਾਰ ਕਰੀਏ, ਵੱਧ ਤੋਂ ਵੱਧ ਲੋਕਾਂ ਨੂੰ ਦੱਸੀਏ ਕਿ ਇਸ ਤਰੀਕੇ ਮਾਨਵਤਾ ਦੀ ਇਹ ਸਭ ਤੋਂ ਵੱਡੀ ਹੁਣ ਤੱਕ ਦੀ ਇਹ ਸ਼ਹਾਦਤ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਲਕ ਔਰ ਜਨੇਊ ਵਾਸਤੇ ਦਿੱਤੀ ਔਰ ਉਹਨਾਂ ਦਾ ਆਪਾਂ ਬਹੁਤ ਵੱਡਾ ਦਿਨ ਮਨਾਉਣ ਜਾ ਰਹੇ ਹਾਂ 400 ਸਾਲਾਂ, ਅਤੇ ਵੱਧ ਤੋਂ ਵੱਧ ਆਪਾਂ ਇਹਦਾ ਪ੍ਰਚਾਰ ਅਤੇ ਪ੍ਰਸਾਰ ਵੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰਨ ਸਹਿਯੋਗ ਦੇ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਲੰਗਰ ਹਾਲ ਦਾ ਅੱਜ ਸ਼ੁਭਾਰੰਭ ਹੋਣ ਜਾ ਰਿਹਾ ਹੈ, ਇਹ ਇੱਕ ਬੜੀ ਵੱਡੀ ਮੰਗ ਸੀ ਸਾਡੇ ਇੱਥੇ ਦੇ ਇਲਾਕਿਆਂ ਦੀ ਔਰ ਅੱਜ ਉਹ ਮੰਗ ਪੂਰੀ ਹੋਈ ਹੈ ਜੀ ਹੈ। ਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਹੈ, ਆਪਣੇ ਸ਼ਬਦ ਕੀਰਤਨ ਦੇ ਨਾਲ ਇਸ ਲੰਗਰ ਹਾਲ ਦਾ ਉਦਘਾਟਨ ਹੋਇਆ ਹੈਗਾ। ਇਹ ਹਾਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਵਿਆਹਾਂ ਦੇ ਲਈ ਕੰਮ ਵਾਸਤੇ ਆਏਗਾ, ਖੰਡ ਪਾਠਾਂ ਦੇ ਲਈ ਆਏਗਾ, ਭੋਗਾਂ ਦੇ ਲਈ ਆਏਗਾ ਔਰ ਜਨਮ ਦਿਨ ਬੱਚਿਆਂ ਨੂੰ ਮਨਾਉਣੇ ਹੁੰਦੇ ਹਨ। ਇਸ ਇਲਾਕੇ ਦੀ ਇਹੋ ਜਿਹੀ ਕੋਈ ਜਗ੍ਹਾ ਨਹੀਂ ਸੀ, ਇਹ ਬਹੁਤ ਵੱਡੀ ਜਗ੍ਹਾ ਬਣਾ ਕੇ ਦਿੱਲੀ ਗੁਰਦੁਆਰਾ ਕਮੇਟੀ ਨੇ ਅੱਜ ਸੰਗਤ ਨੂੰ ਇਹ ਸਮਰਪਿਤ ਕੀਤੀ ਹੈ ਜੀ ਹੈ ਔਰ ਮੈਂ ਇਹ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਜਿਹੜੀ ਮੰਗ ਹੋ ਰਹੀ ਸੀ ਇੱਥੇ ਸੰਗਤ ਦੀ ਕਿ ਰਣਜੀਤ ਨਗਰ ਦਾ ਇਲਾਕਾ ਨਾਂ ਹੈ, ਇਹਦਾ ਨਾਂ ਮਹਾਰਾਜਾ ਰਣਜੀਤ ਸਿੰਘ ਨਗਰ ਰੱਖਿਆ ਜਾਏ, ਤਾਂ ਉਹ ਵੀ ਅਸੀਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਨੂੰ, ਇੱਥੇ ਦੇ MLA ਸਾਹਿਬ ਵੱਲੋਂ, ਸਿਰਸਾ ਜੀ ਵੱਲੋਂ ਔਰ ਲੋਕਲ ਜਿਹੜੇ ਧਰਮ ਸਥਾਨ ਨੇ ਸਾਰੇ ਲੋਕਾਂ ਵੱਲੋਂ ਚਿੱਠੀਆਂ ਦੇ ਕੇ ਮੰਗ ਕੀਤੀ ਹੈ। ਗੁਰੂ ਮਹਾਰਾਜ ਕਰੇਗਾ ਇਹ ਜਲਦੀ ਮੰਗ ਪੂਰੀ ਹੋਏਗੀ ਔਰ ਇਸ ਜਗ੍ਹਾ ਦਾ ਨਾਂ ਵੀ ਮਹਾਰਾਜਾ ਰਣਜੀਤ ਸਿੰਘ ਨਗਰ ਰੱਖਿਆ ਜਾਏਗਾ। ਮੈਂ ਖੁਸ਼ੀ ਮਹਿਸੂਸ ਕਰਦਾ ਔਰ ਇੱਕ ਵਾਰ ਫਿਰ ਵਧਾਈ ਦਿੰਦਾ ਸਾਰੀਆਂ ਸੰਗਤਾਂ ਨੂੰ ਕਿ ਜਿਨ੍ਹਾਂ ਦੇ ਪੂਰਨ ਸਹਿਯੋਗ ਦੇ ਨਾਲ ਇਹ ਕੰਮ ਉਪਰਾਲਾ ਪੂਰਾ ਹੋ ਸਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰਾ ਦਿਲ ਇੰਨਾ ਖੁਸ਼ ਹੈ, ਸਾਡੇ ਪਟੇਲ ਨਗਰ ਦੀ ਔਰ ਸਪੈਸ਼ਲੀ ਸਾਡੇ ਰਣਜੀਤ ਨਗਰ ਦੀ ਸੰਗਤਾਂ ਨੇ ਜਿਹੜਾ ਇਹ ਗੁਰਦੁਆਰੇ ਦੇ ਸੁਪਨੇ ਲਿੱਤੇ ਸੀ ਕਿ ਅਸੀਂ ਇਹ ਗੁਰਦੁਆਰਾ ਹਾਲ ਔਰ ਗੁਰਦੁਆਰਾ ਬਣਦਾ ਹੋਇਆ ਦੇਖਣਾ ਚਾਹੁੰਦੇ ਹਾਂ, ਇਹ ਸਰਨਾ ਜੀ ਨੇ ਜਿਸ ਦਿਨ ਨੀਂਹ ਦਾ ਪੱਥਰ ਰੱਖਿਆ ਸੀ ਇਹ ਸੁਪਨਾ ਉਸ ਦਿਨ ਸਟਾਰਟ ਹੋ ਗਿਆ ਸੀ, ਅਤੇ ਅੱਜ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਲੰਗਰ ਹਾਲ ਇਹਨਾਂ ਨੇ ਤਿਆਰ ਕੀਤਾ ਹੈਗਾ, ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਚੱਲ ਰਿਹਾ ਸੀ, ਪਿਛਲੇ ਗੁਰਦੁਆਰਾ ਕਮੇਟੀਆਂ ਦੇ ਜਿਹੜਾ ਯੋਗਦਾਨ ਨਹੀਂ ਹੋ ਪਾ ਰਿਹਾ ਸੀ, ਲੇਕਿਨ ਸਾਡੇ ਕੁਛ ਏਰੀਏ ਦੇ ਇੱਦਾਂ ਦੇ ਵੀਰ ਹੈਗੇ ਨੇ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਸਟਾਰਟ ਕੀਤਾ। ਜਿਹੜੇ ਸਭ ਤੋਂ ਵੱਡਾ ਨਾਂ ਜਿਹੜਾ ਆਉਂਦਾ ਸੀ ਪ੍ਰੇਮ ਖੰਨਾ ਜੀ ਹੈਗੇ ਨੇ, ਉਹ ਹੈਗਾ ਸਹਿਜ ਪਰਿਵਾਰ ਹੈਗਾ, ਸਹਿਜ ਸਿੱਖ ਪਰਿਵਾਰ ਹੈਗਾ, ਲੇਕਿਨ ਉਹਨਾਂ ਨੇ ਜਿਹੜੀ ਸੇਵਾ ਸਟਾਰਟ ਕੀਤੀ ਉਹ ਸੰਗਤਾਂ ਦੇ ਹੁੰਗਾਰੇ ਨਾਲ ਇਸ ਤਰੀਕੇ ਨਾਲ ਸੇਵਾ ਸਟਾਰਟ ਹੋਈ ਕਿ ਅੱਜ ਪੂਰਾ ਸਮਾਪਤੀ ਹੋਈ ਹੈ। ਮੈਂ ਬੜਾ ਤੈਅ ਦਿਲੋਂ ਦੀ ਜਿੰਨੀ ਵੀ ਸੰਗਤਾਂ ਹੈਗੀਆਂ ਪਟੇਲ ਨਗਰ, ਰਣਜੀਤ ਨਗਰ, ਰਜਿੰਦਰ ਨਗਰ ਦੀਆਂ ਜਾਂ ਜਿਨ੍ਹਾਂ ਨੇ ਵੀ ਇਸ ਆਪਣੇ ਸਹਿਯੋਗ ਪਾਇਆ ਇਸ ਕੰਸਟਰਕਸ਼ਨ ਦੇ ਅੰਦਰ ਔਰ ਗੁਰਦੁਆਰੇ ਦੀ ਸੇਵਾ ਦੇ ਅੰਦਰ, ਮੈਂ ਉਹਨਾਂ ਦਾ ਤੈਅ ਦਿਲ ਤੋਂ ਧੰਨਵਾਦੀ ਹੈਗਾ ਔਰ ਜਿਹੜਾ ਉਤਸ਼ਾਹ ਉਹਨਾਂ ਨੇ ਦਿਖਾਇਆ ਸੀ ਉਹਦੇ ਵਾਸਤੇ ਮੈਂ ਉਹਨਾਂ ਨੂੰ ਇੱਕ ਵਾਰ ਵਧਾਈ ਦੇ ਪਾਤਰ ਬਣਦੇ ਨੇ ਅਤੇ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਔਰ ਆਉਣ ਵਾਲੇ ਗੁਰੂ ਨਾਨਕ
ਦੇਵ ਦੇ ਪ੍ਰਕਾਸ਼ ਉਤਸਵ ਦੀਆਂ ਵੀ ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਸਾਨੀ, ਮਹਾਰਾਜਾ ਰਣਜੀਤ ਸਿੰਘ ਲੰਗਰ ਹਾਲ ਦਾ ਉਦਘਾਟਨ ਅੱਜ ਰਣਜੀਤ ਨਗਰ ਨਿਵਾਸੀਆਂ ਦੀ ਤਰਫੋਂ ਦੀ ਔਰ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਅੱਜ ਕੀਤਾ ਗਿਆ, ਜਿਸਦਾ ਮੈਂ ਪਹਿਲੇ ਦਿਲੋਂ ਦੀ ਸ਼ੁਕਰਗੁਜ਼ਾਰ ਹਾਂ ਪਰਮਜੀਤ ਸਿੰਘ ਖੁਰਾਣਾ ਜੀ ਦਾ, ਜਿਨ੍ਹਾਂ ਦੇ ਦਿਨ ਰਾਤ ਨਾ ਦੇਖਦੇ ਹੋਏ ਇੱਥੇ ਸਾਨੂੰ ਸਹਿਯੋਗ ਦਿੱਤਾ, ਉਸਦਾ ਉਹਨਾਂ ਦਾ ਬਹੁਤ ਬਹੁਤ ਮੈਂ ਸ਼ੁਕਰਾਨਾ ਕਰਦਾ ਵਾਂ। ਔਰ ਇੱਥੇ ਜਿਹੜਾ ਅੱਜ ਦੀ ਜਿਹੜੀ ਸੰਗਤ ਅੱਜ ਆਈ ਹੈ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ। ਔਰ ਇੱਥੇ ਦੀ ਸੰਗਤ ਦੇ ਨਾਲ ਜਿਹੜਾ ਅੱਜ ਦਾ ਜਿਹੜਾ ਵਾਅਦਾ ਸੀਗਾ ਪਰਮਜੀਤ ਸਿੰਘ ਚੰਦੋਗ ਜੀ ਦਾ, ਉਹ ਵੀ ਅੱਜ ਪੂਰਾ ਹੋਇਆ ਹੈ। ਔਰ ਅੱਗੇ ਦੇ ਜਿਹੜੀ ਇੱਥੇ ਅਸੀਂ ਇੱਕ ਲੰਗਰ ਦੀ ਡਿਮਾਂਡ ਕੀਤੀ ਹੈ ਕਿ ਇੱਕ ਨਗਰ ਦੀ ਵੀ ਡਿਮਾਂਡ ਕੀਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕਲੋਨੀ ਦਾ ਨਾਮ ਰੱਖਿਆ ਜਾਏ। ਉਹ ਵੀ ਅਸੀਂ ਅੱਗੇ ਦਿੱਲੀ ਸਰਕਾਰ ਨੂੰ ਔਰ ਸੈਂਟਰ ਗੌਰਮੈਂਟ ਨੂੰ ਵੀ ਇੱਕ ਮੈਸੇਜ ਦਿੱਤਾ ਹੈ ਔਰ ਲੈਟਰ ਵੀ ਭੇਜੇ ਨੇ, ਉਹ ਵੀ ਦੇਖਦੇ ਹਾਂ ਕਿ ਆਉਣ ਵਾਲੇ ਟਾਈਮ ਦੇ ਉੱਤੇ ਉਹ ਵੀ ਪੂਰੀ ਹੋਏਗੀ ਗੁਰੂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ। ਬਾਕੀ ਅੱਜ ਸਾਰਿਆਂ ਦੀ ਖੁਸ਼ੀ ਦਾ ਮਾਹੌਲ ਹੈ, ਜਿਹੜੇ ਇੱਕ ਕੋਰੋਨਾ ਦੀ ਬਿਮਾਰੀ ਦੇ ਕਾਰਨ ਇਸ ਸਮੇਂ ਜਿਹੜਾ ਮਾਹੌਲ ਚੱਲ ਰਿਹਾ ਉਸ ਨੂੰ ਵੀ ਮੱਦੇਨਜ਼ਰ ਦੇਖਦੇ ਹੋਏ ਤਾਂ ਵੀ ਸੰਗਤ ਅੱਜ ਬਹੁਤ ਹੀ ਅੱਛੀ ਨਿਕਲੀ ਔਰ ਅੱਛੀ ਆਈ ਹੈ। ਔਰ ਅਸੀਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਦੀ ਇਹ ਸਾਨੂੰ ਇੱਕ ਖੁਸ਼ੀ ਮਿਲੀ ਹੈ ਆਉਣ ਵਾਲੇ ਟਾਈਮ 'ਤੇ, ਇੱਥੇ ਜਿਵੇਂ ਘਰ ਦੇ ਅੰਦਰ ਵਿਆਹ ਸ਼ਾਦੀ ਜਾਂ ਜਨਮਦਿਨ ਹੋਇਆ ਖੁਸ਼ੀ ਵਾਸਤੇ ਭੋਗ ਵਾਸਤੇ, ਉਹਦੇ ਵਾਸਤੇ ਵੀ ਸਾਨੂੰ ਇੱਥੇ ਦੀ ਇਹ ਜਗ੍ਹਾ ਕੰਮ ਆਏਗੀ। ਇਸ ਨੂੰ ਵੀ ਅਸੀਂ ਸਾਰਿਆਂ ਦਾ ਸ਼ੁਕਰਗੁਜ਼ਾਰ ਕਰਦੇ ਹੋਏ ਸਾਰਿਆਂ ਦਾ ਸ਼ੁਕਰੀਆ ਕਰਦਾ ਔਰ ਮਹਾਰਾਜਾ ਰਣਜੀਤ ਸਿੰਘ ਲੰਗਰ ਹਾਲ ਦੀ ਖੁਸ਼ੀ ਦੇ ਅੰਦਰ ਸਭ ਦੇ ਸਾਧ ਸੰਗਤ ਦੀ ਤਰਫੋਂ ਦੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਣਜੀਤ ਨਗਰ ਦੀਆਂ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ। ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਲੰਗਰ ਹਾਲ ਦੀ ਅੱਜ ਓਪਨਿੰਗ ਸੀਗੀ ਅਤੇ ਸਾਰੀਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਰਣਜੀਤ ਨਗਰ ਦੀ ਸੰਗਤ ਨੂੰ ਇੱਕ ਤੋਹਫਾ ਸਾਡੇ ਇੱਧਰ ਦੇ ਮੈਂਬਰ ਚੰਡੋਕ ਸਾਹਿਬ ਨੇ ਦਿੱਤਾ ਹੈ ਔਰ ਸਾਰੀ ਸੰਗਤ ਨੇ ਮਿਲ ਕੇ ਜੋ ਇੱਕ ਉਪਰਾਲਾ ਕੀਤਾ ਹੈ ਔਰ ਇਸ ਗੁਰਦੁਆਰੇ ਦੀ ਉਸਾਰੀ ਕਰਕੇ, ਔਰ ਇੱਕ ਸਭ ਨਾਲ ਵੱਡੀ ਇੱਕ ਦੇਣ ਕੀਤੀ ਹੈ ਕਿ ਸਾਡੇ ਦਿੱਲੀ ਕਮੇਟੀ ਦੇ ਵਿੱਚ ਕਿਤੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਮ 'ਤੇ ਕੋਈ ਯਾਦਗਾਰੀ ਸਥਾਨ ਨਹੀਂ ਬਣਿਆ ਹੋਇਆ ਸੀ ਅਤੇ ਇਹ ਪਹਿਲਾ ਸਥਾਨ ਦਿੱਲੀ ਕਮੇਟੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ 'ਤੇ ਇੱਕ ਯਾਦਗਾਰੀ ਸਥਾਨ ਬਣਿਆ ਹੈ। ਇਹਦੇ ਲਈ ਮੈਂ ਦਿੱਲੀ ਕਮੇਟੀ ਨੂੰ ਵਧਾਈ ਦਿੰਦਾ, ਸਾਡੇ ਮੈਂਬਰ ਚੰਡੋਕ ਸਾਹਿਬ ਨੂੰ ਔਰ ਸਾਡੀ ਸਾਰੀ ਟੀਮ ਸਾਨੀ ਸਾਹਿਬ ਬਣੀ ਔਰ ਇਹ ਰਣਵੀਰ ਸਿੰਘ ਜੀ ਔਰ ਰਣਪਾਲ ਸਿੰਘ ਜੀ ਔਰ ਭੁਪਿੰਦਰ ਸਿੰਘ ਚੱਡਾ ਇਹਨਾਂ ਨੇ ਔਰ ਹੋਰ ਵੀ ਤੇਜਵੰਤ ਸਿੰਘ ਜੀ ਔਰ ਵੀ ਜਿੰਨਾ ਸੰਗਤਾਂ ਨੇ ਮਿਲ ਕੇ ਆਪਣੇ ਤਿਲ ਫੁੱਲ ਨਾਲ ਔਰ ਆਪਣੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ, ਉਹਨਾਂ ਸਭ ਨੂੰ ਇਸ ਇਹਦਾ ਕ੍ਰੈਡਿਟ ਜਾਂਦਾ ਹੈ ਔਰ ਜਿਹਦੇ ਵਿੱਚ ਇੱਧਰ ਦੀ ਸੰਗਤ ਨੂੰ ਇੱਕ ਬੜਾ ਸੁਖਾਵਾਂ ਇੱਕ ਹਾਲ ਮਿਲਿਆ ਹੈ ਔਰ ਜਿਹਦੇ ਵਿੱਚ ਆਪਣੇ ਗੁਰਮਤਿ ਕਾਰਜ ਸਾਰੀਆਂ ਪਰਿਵਾਰ ਕਰ ਸਕਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।